ਗੁਸਤਾਖੀ ਹੋਏਗੀ। ਆ ਪੇਕਧਾਰੀ ਸਾਡੇ ਵਿਹੜਿਆਂ ਵਿੱਚ ਰੂਪ ਕਰਕੇ ਆਏ ਨੇ। ਜੇ ਕਦੀ ਭੇਖ ਤੇ ਰੂਪ ਤੇ ਖਲੋ ਜਾਏਗਾ, 22 ਮੰਜੀਆਂ ਭੇਖ ਕਰਕੇ ਹੀ ਬਣੀਆਂ ਸਨ। ਗੁਰੂ ਨੇ ਸਾਡੇ ਤੇ ਆਪਣੇ ਦਰਮਿਆਨ ਵਿੱਚੋਂ ਇਹ ਦੇਹ ਕਿਉਂ ਕੱਢੀ? ਅਤੇ 22 ਮੰਜੀਆਂ ਬਣ ਗਈਆਂ, ਜਿੱਥੋਂ ਸਾਬਤ ਹੋ ਗਿਆ ਕਿ ਇਸ ਦੇਹ ਦਾ ਭੇਖ ਬਣਾਇਆ ਜਾ ਸਕਦਾ, ਇਸ ਰੂਪ ਵਿੱਚੋਂ ਭੇਖ ਪੈਦਾ ਹੋਏਗਾ ਜੇ ਉਹਦੇ ਵਿੱਚ ਉਹ ਗੁਣ ਨਾ ਹੋਏ। ਤੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਣਾਂ ਦਾ ਸੰਗ੍ਰਹਿ ਸੀ। ਗੁਰੂ ਨੇ ਆਖਿਆ ਜੇ ਗੁਣ ਹੀ ਗੁਰੂ ਹੈ, ਜੇ ਗੁਣ ਹੀ ਰੱਬ ਹੈ, ਗੁਣ ਹੀ ਅਰੂਪ ਹੈ, ਤਾਂ ਮੈਂ ਫਿਰ ਉਹ ਸ਼ਬਦ ਰੂਪੀ ਅਰੂਪ ਗੁਰੂ ਕਿਉਂ ਨਾ ਸੌਂਪਦੇ ਹਾਂ? ਇਹ ਦਰਮਿਆਨ ਵਿੱਚ ਦੇਹ ਵਾਲਾ ਗੁਰੂ ਕਿਉਂ ਬੈਠੇ ਰਹੇ? ਇਸ ਲਈ ਦੇਹ ਦੀ ਭਾਵਨਾ ਖਤਮ ਕੀਤੀ। ਪਰ ਸਦੀਆਂ ਬੀਤ ਗਈਆਂ, ਅਜੇ ਤੱਕ ਸਾਡੇ ਮਨ ਦੇ ਵਿੱਚੋਂ ਉਹ ਭਾਵਨਾ ਖਤਮ ਨਾ ਹੋਈ ਕਿ ਸਾਡਾ ਗੁਰੂ ਦੇਹ ਨਹੀਂ, ਸਾਡਾ ਗੁਰੂ ਅਰੂਪ ਹੈ ਜਿਹੜਾ ਦਿਸਦਾ ਨਹੀਂ ਪਰ ਸ਼ਕਤੀ ਹੈ। ਮੈਂ ਕਈ ਵਾਰ ਕਰਦਾ, ਅਸੀਂ ਸ਼ਬਦ ਗੁਰੂ ਆਖਦੇ ਹਾਂ, ਸ਼ਬਦ ਸਾਨੂੰ ਕੋਈ ਦਿਸਦਾ? ਕਿੰਨੀ ਦੂਰ ਦੁਰਾਡੇ ਤੋਂ, ਸੈਂਕੜੇ ਕੋਹਾਂ ਤੋਂ ਚੱਲ ਕੇ ਵੀ ਕਈ ਵੀਰ ਆਏ ਨੇ ਬੰਗਾ ਸਾਹਿਬ ਵਰਗੇ, ਕਿੰਨੀ ਦੂਰੋਂ ਦੂਰੋਂ ਚੱਲ ਕੇ ਆਏ ਨੇ ਤੇ ਆਏ ਕੀ ਨੇ? ਸ਼ਬਦ ਸੁਣਨ। ਸ਼ਬਦ ਮੈਂ ਕਈ ਵਾਰ ਕਰਨਾ ਅਰੂਪ ਹੈ, ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਜੇ ਮੈਂ ਪੁੱਛਾਂ ਪਹੁੰਚ ਗਈ, ਕਹਿਣ ਕੇ ਪਹੁੰਚ ਗਈ, ਅਤੇ ਜੇ ਮੈਂ ਆਖਾਂ ਇੱਥੋਂ ਚੱਲ ਕੇ ਤੁਹਾਡੇ ਤੱਕ ਪਹੁੰਚਦੇ ਆ, ਰਸਤੇ ਵਿੱਚ ਫੋਟੋ ਹੀ ਖਿੱਚ ਲਓ, ਰੂਪ ਦੀ ਫੋਟੋ ਖਿੱਚ ਸਕਦੇ ਹੋ। ਇਹ ਜਿੰਨੇ ਰੂਪ ਮਾਨ ਭੇਖ ਬਣੇ ਨੇ ਨਾ, ਉਹਨਾਂ ਸਾਰਿਆਂ ਦੀਆਂ ਫੋਟੋਆਂ ਲੋਕਾਂ ਨੇ ਘਰਾਂ ਵਿੱਚ ਲਾਈਆਂ ਹੋਈਆਂ ਨੇ। ਕਿਸੇ ਅਰੂਪ ਦੀ ਫੋਟੋ ਖਿੱਚ ਕੇ ਵਿਖਾਓ। ਇੱਕ ਪਾਸੇ ਆਖਦੇ ਉਹ ਸ਼ਬਦ ਗੁਰੂ ਹੈ ਤੇ ਸ਼ਬਦ ਬੋਲਿਆ ਜਾ ਰਿਹਾ, ਸ਼ਬਦ ਤੁਹਾਡੇ ਤੱਕ ਪਹੁੰਚ ਵੀ ਰਿਹਾ, ਤੁਸੀਂ ਸੁਣ ਵੀ ਰਹੇ ਹੋ, ਮੇਰੇ ਤੋਂ ਤੁਹਾਡੀ ਦੂਰੀ ਕੋ ਆਖਿਰ 10-15 ਫੁੱਟ ਦੀ ਹੈ ਨਾ। ਇਸ ਫੋਟੋਗ੍ਰਾਫਰ ਨੂੰ ਆਖੋ ਰਾਹ ਵਿੱਚ ਜਾਂਦਿਆਂ ਸ਼ਬਦ ਦੀ ਫੋਟੋ ਖਿੱਚ ਲਵੇ, ਨਹੀਂ ਖਿੱਚੀ ਜਾਏ। ਸ਼ਬਦ ਅਰੂਪ ਹੈ, ਸ਼ਬਦ ਦੀ ਫੋਟੋ ਨਹੀਂ ਖਿੱਚੀ ਜਾਏ। ਹਾਂ, ਕੋਈ ਦੇਹਧਾਰੀ ਭੇਖਧਾਰੀ ਗੁਰੂ ਆ ਜਾਏ, ਉਹਦੀ ਭਾਵੇਂ ਕਦਮ ਕਦਮ ਤੇ ਫੋਟੋ ਕੇ ਮੂਵੀ ਬਣਾ ਲਓ, ਬਣਦੀ ਜਾਏਗੀ, ਕਿਉਂਕਿ ਰੂਪ ਹੈ। ਤੇ ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਬਹੁਤ ਦੇਰ ਹੋਈ, ਇੱਕ ਐਸੇ ਹੀ ਦੇਰੇ ਤੇ ਜਾ ਕੇ ਜਿੱਥੇ ਫੋਟੋਆਂ ਵੇਚੀਆਂ ਜਾ ਰਹੀਆਂ ਸਨ, ਤੇ ਮੈਂ ਆਖਿਆ ਸਤਸੰਗਤ ਕਦੀ ਸੋਚਿਆ ਜੇ ਰੱਬ ਕੋਲੋਂ ਪੁੱਛੋ, ਤੂੰ ਸਾਰਿਆਂ ਵਿੱਚ ਵਰਤ ਰਿਹਾ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਤੂੰ ਸਾਰਿਆਂ ਵਿੱਚ ਵਰਤ ਰਿਹਾ, ਰੋਟੀ ਦੇ ਰਿਹਾ, ਰੋਜ਼ੀ ਦੇ ਰਿਹਾ, ਸਵਾਸ ਦੇ ਰਿਹਾ, ਜੀਵਨ ਦੇ ਰਿਹਾ, ਸਾਰ ਸੰਭਾਲ ਕਰ ਰਿਹਾ, ਤੇ ਦੁਨੀਆਂ ਦੇ ਲੋਕ ਤੈਨੂੰ ਮਿਲਣਾ ਚਾਹੁੰਦੇ ਨੇ, ਤਰਸਦੇ ਨੇ ਤੈਨੂੰ ਦੇਖਣ ਲਈ ਦਿਨ ਰਾਤ, ਰੱਬ ਸਾਡੇ ਸਾਹਮਣੇ ਆਵੇ ਅਸੀਂ ਦਰਸ਼ਨ ਕਰ ਲਈਏ, ਤੇ ਇੱਕ ਵਾਰ ਸਾਹਮਣੇ ਹੀ ਆ ਜਾ ਤਾਂ ਕਿ ਲੋਕ ਤੈਨੂੰ ਦੇਖ ਲੈਣ, ਸੰਤੁਸ਼ਟ ਹੋ ਜਾਣ। ਮੈਂ ਕਿਹਾ ਕਹੋ ਰੱਬ ਨੂੰ, ਤੇ ਮੈਂ ਕਿਹਾ ਪਤਾ ਜੇ ਰੱਬ ਜਵਾਬ ਕੀ ਦੇਵੇਗਾ? ਪ੍ਰਭੂ ਆਖੇਗਾ ਮੈਂ ਤੁਹਾਡੇ ਸਾਹਮਣੇ ਨਹੀਂ ਆਉਣਾ, ਜਿਸ ਦਿਨ ਮੈਂ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਮੇਰੀ ਵੀ ਫੋਟੋ ਖਿੱਚ ਕੇ ਇੱਥੇ 10-10 ਰੁਪਏ ਨੂੰ ਵੇਚੀ ਜਾਓਗੇ, ਮੇਰੀ ਵੈਲਿਊ ਆ ਰਿਹਾ।
ਕਾਸ਼ ਸਾਨੂੰ ਅਜੇ ਰੱਬ ਵੀ ਉਹ ਚਾਹੀਦਾ ਜਿਹਦੀ ਫੋਟੋ ਬਣਾ ਕੇ ਰੱਖ ਲਈ ਆ, ਆਖੀਏ ਭਗਵਾਨ ਦਾ ਬੁੱਤ ਹੈ। ਸਾਨੂੰ ਅਜੇ ਗੁਰੂ ਵੀ ਉਹ ਚਾਹੀਦਾ ਜਿਹਦੀਆਂ ਫੋਟੋਆਂ ਬਣਾ ਬਣਾ ਕਰ ਲਗਾ ਲਈਏ ਤੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਈਏ। ਅਸਲ ਦੀ ਨਕਲੀ ਹੁੰਦੀ ਹੈ ਨਾ ਫੋਟੋ, ਜੇ ਅਸਲ ਗੁਰੂ ਨਾ ਸਹੀ ਤਾਂ ਉਹਦੀ ਫੋਟੋ 'ਤੇ ਹੀ ਸਹੀ ਫੁੱਲ ਚੜ੍ਹਾਈ ਜਾਓ, ਇਹ ਵੀ ਗੁਰੂ ਹੈ। ਗੁਰੂ ਨੇ ਇੱਕ ਫੈਸਲਾ ਦਿੱਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਉਹ ਇਹ ਫੈਸਲਾ ਕਿ ਮੇਰੇ ਰੱਬ ਦਾ ਇੱਕ ਨਿਯਮ ਜੇ ਉਹਨੇ ਸੰਸਾਰ ਰੂਪ ਮਨ ਕੀਤਾ ਪਰ ਆਪ ਅਰੂਪ ਰਿਹਾ। ਇਸ ਲਈ ਜੇ ਤੁਸੀਂ ਰੱਬ ਦੀ ਚਾਹਤ ਰੱਖਦੇ ਹੋ, ਜੇ ਗੁਰੂ ਨਾਲ ਸੰਬੰਧ ਕਾਇਮ ਕਰਨਾ ਚਾਹੁੰਦੇ ਹੋ ਤਾਂ ਫਿਰ ਰੂਪ ਨਹੀਂ ਅਰੂਪ ਨਾਲ ਜੁੜਨਾ ਹੋਏਗਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖੀ, ਕਹਿਣ ਲੱਗੇ ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰਾ। ਭਲਿਆ ਜੇ ਰੱਬ ਨੇ ਆਪਣੀ ਕੋਈ ਤਸਵੀਰ ਬਣਵਾਉਣੀ ਹੁੰਦੀ, ਜੇ ਆਪਣਾ ਕੋਈ ਬੁੱਤ ਬਣਵਾਉਣਾ ਹੁੰਦਾ, ਜੇ ਕੋਈ ਆਪਣੀ ਮੂਰਤੀ ਬਣਵਾਉਣੀ ਹੁੰਦੀ ਤਾਂ ਇਹਨਾਂ ਮੂਰਤੀਆਂ ਤੋਂ, ਇਹਨਾਂ ਰੂਪਮਾਨ ਸੰਸਾਰ ਤੋਂ ਨਿਆਰਾ ਹੋ ਕੇ ਨਿਰਆਕਾਰ ਨਾ ਅਖਵਾਉਂਦਾ ਹੁੰਦਾ, ਨਾ ਹੀ ਨਿਰਆਕਾਰ ਹੈ ਜਿਹਨੂੰ ਆਪਾਂ ਨਿਰੰਕਾਰ ਆਖਦੇ ਨੇ। ਕਹਿਣ ਲੱਗੇ ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰਾ। ਸਭ ਤੇ ਰਹੇ ਨਿਆਰਾ, ਹਰ ਕੀ ਗਤ ਨੇ ਕੋ ਜਾਣੇ, ਹਰ ਕੀ ਗਤ ਨੇ ਕੋ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਆਰ ਬਹੁਤ ਲੋਗ ਸਿਆਣੇ, ਹਰ ਕੀ ਗੱਤ ਨੇ ਕੋ ਜਾਣੇ, ਹਰ ਕੀ ਗੱਤ ਨੇ ਕੋ ਜਾਣੇ।
ਦ੍ਰਿੜ ਵਿਸ਼ਵਾਸ ਹਿਰਦੇ ਵਿੱਚ ਰੱਖੋ, ਅਸੀਂ ਅਰੂਪ ਸ਼ਕਤੀ ਦੇ ਪੁਜਾਰੀ ਹਾਂ, ਦੇਹ ਦੇ ਪੁਜਾਰੀ ਨਹੀਂ। ਨਾ ਸਾਡਾ ਗੁਰੂ ਦੇਹ ਹੈ, ਨਾ ਸਾਡਾ ਰੱਬ ਦੇਹ ਹੈ। ਜਿਸ ਦਿਨ ਇਹ ਵਿਸ਼ਵਾਸ ਹੋ ਜਾਏਗਾ, ਭੇਖਧਾਰੀ ਸਾਡੇ ਦਰਮਿਆਨ ਵਿੱਚੋਂ ਹਟ ਜਾਣਗੇ, ਆ ਮੂਰਤੀਆਂ ਦੀ ਪੂਜਾ ਸਾਡੇ ਵਿਹੜਿਓਂ ਨਿਕਲ ਜਾਏਗੀ, ਅਤੇ ਆਪਣੀ ਆਈਡੀ ਨੂੰ ਰੱਬ ਦਾ ਬਣਾਇਆ ਹੋਇਆ ਰੂਪ ਸਭ ਜਿਹੜਾ ਸਾਜਣ ਵਾਲਾ ਹੈ ਨਾ, ਉਹਦੇ ਬਣਾਏ ਹੋਏ ਨੇ। ਇਸ ਲਈ ਕਹਿ ਦਿੱਤਾ ਨਾਨਾ ਰੂਪ ਧਰੇ ਬਹੁ ਰੰਗੀ, ਇਹ ਉਹਨਾਂ ਬਣਾਇਆ ਹੋਇਆ। ਅਤੇ ਜਿੱਥੇ ਉਹਨੇ ਆਪਣੀ ਆਪਣੀ ਥਾਵੇਂ ਹਰ ਇੱਕ ਰੂਪ ਬਣਾਇਆ, ਤੋਤੇ ਦਾ, ਮੋਰ ਦਾ, ਸ਼ੇਰ ਦਾ, ਹਿਰਨ ਦਾ, ਉੱਥੇ ਉਹਨੇ ਮਨੁੱਖ ਦਾ ਮਾਡਲ ਬਣਾਇਆ। ਉਹਨੂੰ ਉਹ ਕਦੀ ਵੀ ਨਹੀਂ ਬਦਲਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਸੰਸਾਰ ਦੇ ਜਿੰਨੇ ਵੀ ਆਪਣੀਆਂ ਦੁਕਾਨਾਂ 'ਤੇ ਬੈਠ ਕੇ ਵੱਖ ਵੱਖ ਰੂਪ ਬਣਾਉਣ ਵਾਲੇ, ਮਾਡਲ ਬਣਾਉਣ ਵਾਲੇ ਨੇ ਨਾ, ਅਤੇ ਤਸਵੀਰਾਂ ਵਿਖਾਉਂਦੇ ਨੇ ਇਹੋ ਜਿਹਾ ਬਣਨਾ ਹੀ ਕਿ ਇਹੋ ਜਿਹਾ ਬਣਨਾ ਹੀ, ਉਹ ਨਹੀਂ ਬਣਾ ਸਕਦਾ। ਇਹ ਮੇਰੇ ਰੱਬ ਦਾ ਬਣਾਇਆ ਹੋਇਆ ਮਾਡਲ ਹੈ, ਉਹਨੇ ਕਿਤੇ ਚੇਂਜ ਨਹੀਂ ਕਰਨੀ। ਮੈਂ ਇੱਕ ਵਾਰ ਚੈਲੰਜ ਨਾਲ ਇਹ ਗੱਲ ਕਹੀ ਸੀ, ਭਲਾ ਪਤੀ ਪਤਨੀ ਦੋਨੋਂ ਹੀ ਸਿਰ ਮਨਾ ਲੈਣ, ਦੋਨੋਂ ਨਾਨਕੇ ਸਾਧਾਰੀ ਹੋਣ, ਪਰ ਉਹਨਾਂ ਦੇ ਘਰ ਵੀ ਜਿਹੜੀ ਸੰਤਾਨ ਹੋਵੇਗੀ ਉਹ ਕੇਸਾ ਤਾਰੀ ਹੋਏਗੀ, ਕਿਉਂਕਿ ਉਹ ਵੀ ਕੋਸ਼ਿਸ਼ ਕਰ ਲੈ, ਕਿਉਂਕਿ ਨਸਲ ਬਦਲਣੀ ਨਹੀਂ, ਮੇਰੇ ਰੱਬ ਨੇ ਬਣਾਇਆ ਨਾ। ਇਸ ਲਈ ਉਹਦਾ ਮਾਡਲ ਵਿਸ਼ਵਾਸ ਵਿੱਚ, ਦ੍ਰਿੜਤਾ ਵਿੱਚ ਹੈ। ਅਤੇ ਮੈਂ ਇੱਕ ਵਾਰੀ ਵੀ ਕਿਹਾ ਸੀ, ਮੈਂ ਕਿਹਾ ਕੋਸ਼ਿਸ਼ ਕਰੋ ਜਿਹੜੇ ਵੀਰ ਕੇਸ ਕਟਾ ਕੇ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਸਿੱਖ ਅਖਵਾਓ, ਨਹੀਂ ਅਖਵਾਉਣਾ ਚਾਹੁੰਦੇ, ਤੁਹਾਡੀ ਮਰਜ਼ੀ, ਪਰ ਭਾਵੇਂ ਕੋਈ ਹਿੰਦੂ ਵੀਰ ਹੈ, ਭਾਵੇਂ ਮੁਸਲਮਾਨ ਵੀਰ ਹੈ, ਭਲੇ ਉਹ ਕੇਸ ਤਾਂ ਮੇਰੇ ਰੱਬ ਨੇ, ਅੱਲਾ ਨੇ, ਖੁਦਾ ਨੇ, ਭਗਵਾਨ ਨੇ ਸਾਰਿਆਂ ਨੂੰ ਦੇ ਦਿੱਤੇ ਨੇ, ਉਹਨੇ ਬਦਲਣਾ ਬਿਲਕੁਲ ਨਹੀਂ ਜੇ, ਉਹਨੇ ਆਪਣਾ ਪ੍ਰੋਗਰਾਮ ਬਿਲਕੁਲ ਨਹੀਂ ਬਦਲਣਾ, ਉਹਨੇ ਸਾਰਿਆਂ ਨੂੰ ਦੇ ਦਿੱਤੇ ਨੇ। ਇਸ ਲਈ ਮੈਂ ਅਰਜ਼ ਕੀਤੀ ਸੀ ਕਿ ਭਾਵੇਂ ਰਾਮ ਰਹੀਮ ਸਿੰਘ ਅਖਵਾ ਲਓ, ਭਾਵੇਂ ਪ੍ਰੇਮ ਪ੍ਰਕਾਸ਼ ਅਖਵਾ ਲਓ, ਅਤੇ ਭਾਵੇਂ ਗੁਰਮੁਖ ਸਿੰਘ ਅਖਵਾ ਲਓ, ਕੇਸ ਜ਼ਰੂਰ ਰੱਖੋ, ਕਿਉਂਕਿ ਇਹ ਤਾਂ ਸਾਰਿਆਂ ਨੂੰ ਦਿੱਤੇ ਗਏ ਨੇ। ਮਨੁੱਖ ਦਾ ਰੂਪ ਬਣਾਇਆ ਹੀ ਮੇਰੇ ਰੱਬ ਨੇ, ਇਹ ਹੈ। ਸਿਰਫ ਸਿੱਖ ਉਹਨੂੰ ਆਖਿਆ ਗਿਆ ਜਿਹਨੇ ਸਿੱਖਿਆ ਧਾਰਨ ਕਰਕੇ ਰੱਬ ਦੇ ਬਣਾਏ ਹੋਏ ਇਸ ਰੂਪ ਨੂੰ ਸੰਭਾਲ ਲਿਆ ਹੈ, ਅਤੇ ਇਹ ਆਖ ਕੇ ਸੰਭਾਲਿਆ, ਹੇ ਅਰੂਪ ਪਰਮਾਤਮਾ, ਤੂੰ ਆਪ ਜਿਹੜਾ ਰੂਪ ਸਾਜਿਆ, ਮੈਂ ਉਸੇ ਰੂਪ ਨੂੰ ਸੰਭਾਲਣਾ ਚਾਹੁੰਦਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ।